लास्ट वीडियो मैं पहला भी चैलेंज इन्हां खच्चा नूं कीता सी, इन्हां खच्चा नूं मैं लास्ट चैलेंज करदा कि जे प्यो दे पुत्तों तां साडा चैलेंज कबूल करो। देखांगे फिर जिहड़ा भुलेखा तुसीं पाली बैठे हो ना, इह आपां कढ लांगे। पर मैं सरकार नूं पुछना चाहुणा कि सरकार यार बिलकुल ही सुत्ती पई है। साडे सिंघां ते 307 दे परचे जिन्हां ने कुछ कीता तक नहीं, ते इन्हां लोकां ते जिहड़े साडे सिखां दीआं भावनावां नूं भड़का रहे ने, सानूं अतवादी खालिस्तानी दस रहे ने, साडे सिंघां नूं अतवादी दसदे जिहड़े सिंघां ने साडी कौम दी पग साडे सिर ते रखी। ते सरकार आ पग्गां दी सरकार की करदी है जिन्हां ने पग्गां च सिर फसाए होए ने। हांजी वाहेगुरु जी का खालसा जी, वाहेगुरु जी की फतेह। सारी संगत नूं बेनती है कि शेयर जरूर करो। इन्हां खच्चां ते मैं लास्ट वीडियो पाउण लग्या क्योंकि असी भी इह लुकण मिची जी खेडण वाले नहीं हैगे कि कल्ला सोशल मीडिया ते आके बोलता ते ग्राउंड ते कुछ कीता नहीं। आ खच्चां ने कल एक होर नवां काम कीता है। जिहड़ियां खच्चां लुधियाणे दे विच रहिंदियां ने, पहला तां मैं लुधियाणे दे सिंघां नूं कहना वी तुसीं की कर रहे हो यार, तुहाडे शहर दे विच रहि के आ दुक्की दे बंदे साडे सिंघां दीआं जिहड़ियां फोटोआं ने पैरां च लताड़ रहे ने, बार बार साडे जख्मां ते लूण भुक रहे ने। इह मेरी लास्ट वीडियो, मैं पहला भी चैलेंज इन्हां खच्चां नूं कीता सी, इन्हां खच्चां नूं मैं लास्ट चैलेंज करदा कि जे प्यो दे पुत्तों तां साडा चैलेंज कबूल करो। देखांगे फिर जिहड़ा भुलेखा तुसीं पाली बैठे हो ना, ਇਹ ਆਪਾਂ ਕੱਢ ਲਾਂਗੇ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਯਾਰ ਬਿਲਕੁਲ ਹੀ ਸੁੱਤੀ ਪਈ ਹੈ। ਸਾਡੇ ਸਿੰਘਾਂ ਤੇ 307 ਦੇ ਪਰਚੇ ਜਿਨ੍ਹਾਂ ਨੇ ਕੁਝ ਕੀਤਾ ਤੱਕ ਨਹੀਂ, ਤੇ ਇਹਨਾਂ ਲੋਕਾਂ ਤੇ ਜਿਹੜੇ ਸਾਡੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੇ ਨੇ, ਸਾਨੂੰ ਅੱਤਵਾਦੀ ਖਾਲਿਸਤਾਨੀ ਦੱਸ ਰਹੇ ਨੇ, ਸਾਡੇ ਸਿੰਘਾਂ ਨੂੰ ਅੱਤਵਾਦੀ ਦੱਸਦੇ ਜਿਹੜੇ ਸਿੰਘਾਂ ਨੇ ਸਾਡੀ ਕੌਮ ਦੀ ਪੱਗ ਸਾਡੇ ਸਿਰ ਤੇ ਰੱਖੀ। ਤੇ ਸਰਕਾਰ ਆ ਪੱਗਾਂ ਦੀ ਸਰਕਾਰ ਕੀ ਕਰਦੀ ਹੈ ਜਿਨ੍ਹਾਂ ਨੇ ਪੱਗਾਂ ਚ ਸਿਰ ਫਸਾਏ ਹੋਏ ਨੇ। ਜੇਕਰ ਤੁਹਾਡੇ ਹੱਥ ਵਸ ਕੁਛ ਨਹੀਂ ਹੈ ਤਾਂ ਸਾਨੂੰ ਸੁੱਟੀ ਦਿਓ, ਅਸੀਂ ਦੇਖਾਂਗੇ ਇਹਨਾਂ ਨਾਲ ਵੀ ਕਿਵੇਂ ਸਾਡੇ ਸਿੰਘਾਂ ਦੀਆਂ ਤਸਵੀਰਾਂ ਇਹ ਪੈਰਾਂ ਦੇ ਲਤਾੜ ਜਾਣਗੇ। ਇਹ ਦੂਜੀ ਘਟਨਾ, ਕਿਉਂ ਨੀ ਸਰਕਾਰ ਉੱਠ ਕੇ ਇਹਨਾਂ ਖੱਚ ਬੰਦਿਆਂ ਦੇ ਪਰਚੇ ਪਾਉਂਦੀ? ਇੱਥੋਂ ਪਤਾ ਲੱਗਦਾ ਕਿ ਸਰਕਾਰ ਵੋਟਾਂ ਦੇ ਲਈ ਇਹਨਾਂ ਸਿਵ ਸੈਨਾ ਨਾਲ ਰਲੀ ਹੋਈ ਹੈ। ਪਰਚੇ ਕੱਲੇ ਦਾੜੇ ਵਾਲਿਆਂ ਤੇ, ਪੱਗਾਂ ਵਾਲਿਆਂ ਤੇ, ਦਮਾਲੇ ਵਾਲਿਆਂ ਤੇ ਆ ਖੱਚ, ਇਹਨਾਂ ਖੱਚਾਂ ਨੂੰ ਕੌਣ ਨੱਥ ਪਾਊਗਾ ਬਾਈ ਜੀ? ਆ ਸੁਣ ਲਓ ਪਹਿਲਾਂ ਇਹਨਾਂ ਦੀਆਂ ਗੱਲਾਂ, ਇਹ ਕੀ ਕਰਦੇ ਆ, ਫੇਰ ਮੈਂ ਬੋਲਦਾ। ਇਹ ਦੇਖ ਲਓ ਇਹਨਾਂ ਦੀਆਂ ਕੀ ਗੱਲਾਂ ਬਾਤਾਂ ਨੇ, ਕੀ ਇਹ ਕਰਦੇ ਆ, ਕਿਵੇਂ ਇਹ ਸਿੰਘਾਂ ਦੀਆਂ ਤਸਵੀਰਾਂ ਪਾੜ ਕੇ ਇਹ ਪੈਰਾਂ ਚ ਰੱਖਦੇ ਆ। ਧੱਕੇ ਸਾਈ ਅਸੀਂ ਨੀ, ਤੁਸੀਂ ਕਰ ਰਹੇ ਹੋ ਸਰਕਾਰਾਂ ਨਾਲ ਰਲ ਕੇ। ਦੇਣਾ ਤੁਸੀਂ ਨੀ ਦੇ ਸਕਦੇ, ਸਾਡੇ ਗੁਰੂ ਨੇ ਜਾਨ ਦਿੱਤੀ ਤੁਹਾਡੇ ਲਈ, ਕੁਰਬਾਨੀ ਦਿੱਤੀ ਤੁਹਾਡੇ ਧਰਮ ਨੂੰ ਬਚਾਉਣ ਦੇ ਲਈ, ਦੇਣਾ ਤੁਸੀਂ ਨੀ ਦੇ ਸਕਦੇ ਖੱਚੋ। ਕੁਰਬਾਨੀਆਂ ਕਿਹਨਾਂ ਨੇ ਦਿੱਤੀਆਂ? ਜਦੋਂ ਦਿੱਲੀ ਦੇ ਵਿੱਚ ਜਾ ਕੇ ਚਾਂਦਨੀ ਚੌਕ ਦੇ ਵਿੱਚ ਸੀਸ ਕਿਹਨੇ ਦਿੱਤਾ, ਕਿਹਦੇ ਲਈ ਦਿੱਤਾ? ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਉਹ ਵੀ ਤਾਂ ਮੁੱਦਾ ਹੈ। ਪੰਜਾਬ ਦੇ ਵਿੱਚ ਪਾਣੀ ਦੇ ਮੁੱਦੇ ਦੀ ਗੱਲ ਕੌਣ ਕਰ ਰਹੇ? ਪੰਜਾਬ ਦੇ ਵਿੱਚ ਤਾਂ ਗੱਲ ਹੋ ਰਹੀ ਹੈ ਵੀ ਅੱਤਵਾਦੀਆਂ ਨੂੰ, ਕਾਤਲਾਂ ਨੂੰ, ਮਸੂਮਾਂ ਦੇ ਨੂੰ ਛੱਡ ਦਿਓ, ਇਹ ਮੁੱਦਾ ਕੋਈ ਦੇਸ਼ ਭਗਤ ਨੇ ਕੋਈ ਮਾਡਲ ਲੈ ਕੇ ਦੇਸ਼ ਵਾਸਤੇ ਮਸੂਮਾਂ ਦਾ ਕਤਲ ਹੀ ਕੀਤਾ ਉਹਨਾਂ ਨੇ? ਆ ਬਲਵੰਤ ਸਿੰਘ ਰਾਜੂਆਣਾ ਜੀ ਨੇ ਪੰਜਾਬ ਦਾ ਮੁੱਖ ਮੰਤਰੀ ਮਾਰਿਆ, ਆ ਜਗਤਾਰ ਸਿੰਘ ਹਵਾਰਾ, ਇਹਦੀ ਤੁਸੀਂ ਇਹਨਾਂ ਦੀ ਗੱਲ ਕਰਦੇ ਹੋ? ਤੁਸੀਂ ਵੀ ਤਾਂ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਤੁਸੀਂ ਵੀ ਤਾਂ ਮੁੱਦਾ ਆ ਦੇਖ ਲਓ, ਮੁੱਦਾ ਹੈ ਹੀ ਨਹੀਂ। ਤੁਸੀਂ ਕਿਉਂ ਪੋਸਟਰ ਫੜੇ? ਤੁਸੀਂ ਪੋਸਟਰ ਕਿਉਂ ਫੜੇ? ਫਿਰ ਤੁਸੀਂ ਕਹਿੰਦੇ ਹੋ ਫਿਰ ਮੁੱਦਾ ਹੈ ਨਹੀਂ। ਹਾਂ ਹਾਂ, ਤੁਸੀਂ ਨਵਾਂ ਮੁੱਦਾ ਬਣਾ ਰਹੇ ਹੋ। ਦੁੱਖ ਕਿਹੜੀ ਗੱਲ ਦਾ? ਪੈਰਾਂ ਵਿੱਚ ਸਾਡੇ ਸਿੰਘਾਂ ਦੀਆਂ ਤਸਵੀਰਾਂ ਪਹਿਲਾਂ ਵੀ ਲਤਾੜੀਆਂ ਤੇ ਹੁਣ ਵੀ ਲਤਾੜੀਆਂ ਨੇ। ਕਦੋਂ ਸਰਕਾਰ ਨੱਥ ਪਾਊ? ਕਦੋਂ ਪਰਚੇ ਪਾਊਗੀ ਸਾਡੇ ਤੇ? ਸਾਡੇ ਤੇ ਤਾਂ ਪਰਚੇ ਪਾਉਣੇ ਹੋ ਤੇ
ਉਹਨਾਂ ਤੇ ਕਦੋਂ ਪਾਉਂਗੇ ਬਾਈ ਜੀ? ਭਗਵੰਤ ਸਿਆ ਸੁਣ ਮੇਰੀ ਗੱਲ ਨੂੰ ਧਿਆਨ ਕੰਨ ਲਾ ਕੇ। ਉਹ ਸਾਡੇ ਸਿੰਘ ਜਿਹੜੇ ਇਹ ਕਹਿੰਦੇ ਆ ਕੋਈ ਮੁੱਦਾ ਨਹੀਂ, ਸਭ ਤੋਂ ਵੱਡਾ ਅੱਜ ਸਿੱਖ ਕੌਮ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਹੈ। ਤੇ ਇਹਨਾਂ ਮੈਂ ਖੱਚ ਬੰਦਿਆਂ ਨੂੰ ਦੱਸਦਾ ਕਿ ਰਿਹਾ ਕਰਵਾ ਕੇ ਉੱਠਾਂਗੇ। ਜਦੋਂ ਉਹ ਜੇਲ੍ਹਾਂ ਚੋਂ ਆ ਗਏ ਤੁਹਾਡੀ ਕਿਸੇ ਦੀ ਹਿੰਮਤ ਨਹੀਂ ਹੋਣੀ, ਕਿਸੇ ਦੀ ਯੁੱਤ ਨਹੀਂ ਹੋਣੀ ਕਿ ਤੁਸੀਂ ਮੂੰਹ ਦੇ ਵਿੱਚੋਂ ਕੋਈ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਜਾਓ। ਜਦੋਂ ਉਹ ਆ ਗਏ ਅੱਜ ਤਾਂ ਤੁਸੀਂ ਪੈਰਾਂ ਚ ਫੋਟੋਆਂ ਨੇ ਤਾੜ ਰਹੇ ਹੋ, ਸਾਡੀ ਕੌਮ ਅੱਜ ਸੁੱਤੀ ਪਈ ਹੈ, ਕੋਈ ਬੋਲਦਾ ਨਹੀਂ। ਤੇ ਜਦੋਂ ਉਹ ਸਿੰਘ ਸਾਡੇ ਬਾਹਰ ਆ ਗਏ ਤੇ ਫੇਰ ਤੁਸੀਂ ਥਿਉਣੇ ਨਹੀਂ ਇਹਨਾਂ ਖੱਚਾਂ ਨੂੰ। ਮੈਂ ਕਹਿਣਾ ਜੇ ਤੁਹਾਡੇ ਚ ਇੰਨੀ ਯੁੱਤ ਹੈ, ਤਸਵੀਰਾਂ ਸਾਡੇ ਸਾਹਮਣੇ ਆ ਕੇ ਪਾੜੋ, ਆ ਪੱਤਰਕਾਰਾਂ ਦੇ ਕਿਉਂ ਸਾਹਮਣੇ ਪਾੜਦੇ ਹੋ? ਦੂਜੇ ਆ ਪੱਤਰਕਾਰਾਂ ਨੂੰ ਲਾਂਤਾ ਕਿ ਪੰਜਾਬ ਦੇ ਵਿੱਚ ਦੁਨੀਆ ਵਸਦੀ ਹੈ, ਵੱਡੇ ਤੋਂ ਵੱਡਾ ਪ੍ਰਚਾਰਕ ਪਿਆ, ਵੱਡੇ ਤੋਂ ਵੱਡੇ ਇਨਸਾਨ ਪਏ ਨੇ ਜਿਨ੍ਹਾਂ ਨੂੰ ਨੌਲੇਜ ਹੈ, ਤੇ ਤੁਸੀਂ ਇਹਨਾਂ ਦੋ ਤੁੱਕੀ ਦੇ ਬੰਦਿਆਂ ਕੋਲ ਚੱਕ ਕੇ ਮੈਂ ਚਲੇ ਜਾਂਦੇ ਹੋ ਯਾਰ? ਕਦੋਂ ਅਕਲ ਆਊਗੀ, ਕਦੋਂ ਸੋਚੋਗੇ, ਕਦੋਂ ਅਕਲ ਆਊਗੀ? ਆ ਦੁੱਕੀ ਦੇ ਮੈਂ ਪੱਤਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਚੱਕਦੇ ਆ ਮੈਂ ਉਹਨਾਂ ਦੇ ਮੂੰਹ ਚ ਤੁਹਾਨੂੰ ਦਿੰਦੇ ਆ, ਉਹ ਯਾਰ ਲਾਂਤਾਂ ਨੇ ਤੁਹਾਨੂੰ ਯਾਰ। ਤੇ ਇਹਨਾਂ ਮੈਂ ਆ ਗੰਜੇ ਜਿਹਾ ਨੂੰ, ਇਹਨਾਂ ਖੱਚਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਬੋਲ ਕੇ ਸਵਾਦ ਨਹੀਂ ਆਉਣਾ, ਸੋਸ਼ਲ ਮੀਡੀਆ ਤੇ ਬੋਲ ਕੇ ਸਵਾਦ ਨਹੀਂ ਆਉਣਾ। ਜੇ ਪਿਓ ਦੇ ਪੁੱਤੋਂ ਤਾਂ ਸਾਹਮਣੇ ਆ ਕੇ ਟੱਕਰੋ। ਨੰਬਰ ਵੀ ਦਿੱਤਾ ਸੀ ਮੈਂ ਤੁਹਾਨੂੰ, ਚੈਲੰਜ ਵੀ ਕੀਤਾ ਸੀ, ਜਿੱਥੇ ਤੁਸੀਂ ਬੁਲਾਓਗੇ ਉੱਥੇ ਆ ਜਾਵਾਂਗੇ, ਜਿੱਥੇ ਕਹੋਗੇ। ਤੇ ਫੇਰ ਪਾ ਦਿਓ ਬੰਦੀ ਸਿੰਘਾਂ ਦੀਆਂ ਤਸਵੀਰਾਂ, ਇੱਥੋਂ ਆਈ ਕਰ ਜਿਓ। ਇਹ ਤਾਂ ਪੱਤਰਕਾਰ ਹੈ ਜਿਹੜਾ ਆਪਦੀ TRP ਲੈਣ ਦੀ ਖਾਤਰ ਚੱਕੀ ਜਾਂਦਾ ਤੁਹਾਡੇ ਮੂੰਹਾਂ ਕਣੀ। ਜੇ ਉਹ ਜਿਗਰੇ ਵਾਲਾ ਹੁੰਦਾ, ਯੁਰਤ ਵਾਲਾ ਹੁੰਦਾ, ਮੈਕ ਸਿੱਟ ਕੇ ਤੁਹਾਡੀ ਸੰਗੀ ਲੱਪੀ ਹੁੰਦੀ। ਤੇ ਉੱਤੋਂ ਸਰਕਾਰ ਇਹਨਾਂ ਗਦਾਰਾਂ ਦੀ ਬਣ ਗਈ। ਉਹ ਕੇਜਰੀਵਾਲ ਦਲਾਲ ਜਿਹੜਾ ਬੈਠਾ ਤੁਹਾਡੇ ਤੋਂ ਸਾਰੇ ਕੰਮ ਕਰਾ ਰਿਹਾ, ਤੇ ਭਗਵੰਤ ਦਾ ਕੁੱਤਾ ਬਣ ਕੇ ਜਿਵੇਂ ਉਹਨੇ ਪਟਾ ਪਾਇਆ ਉਵੇਂ ਚੱਲ ਰਿਹਾ। ਸਿੱਖਾਂ ਨੇ ਕੁਛ ਕੀਤਾ ਹੋਵੇ ਤਾਂ ਬੜੀ ਦੁਹਾਈ ਮਚ ਜਾਂਦੀ ਹੈ, 307 ਦੇ ਪਰਚੇ ਹੋ ਜਾਂਦੇ ਆ। ਤੇ ਜਦੋਂ ਆ ਖੱਚਾ ਸਿਵਸੈਨਾ ਵਾਲੀਆਂ ਕਰਦੀਆਂ ਨੇ ਉਦੋਂ ਤੁਹਾਡਾ ਪਿੰਨ ਕਿੱਥੇ ਚਲਾ ਜਾਂਦਾ? ਉਦੋਂ ਹਰਾ ਪਿੰਨ ਕਿਉਂ ਨਹੀਂ ਚੱਲਦਾ ਤੁਹਾਡਾ? ਉਦੋਂ ਸਿਆਹੀ ਮੁੱਕ ਜਾਂਦੀ ਹੈ ਹਰੇ ਪਿੰਨ ਚੋਂ। ਤੇ ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਕਿ ਬਾਜ਼ ਆ ਜਾਓ, ਬਾਜ਼ ਆ ਜਾਓ, ਨਾ ਕੌਮ ਦੇ ਨਾਲ ਤੁਸੀਂ ਖੇਡੋ, ਨਾ ਸੇੜੋ, ਨਾ ਸਾਡੇ ਜ਼ਖਮਾਂ ਤੇ ਲੂਣ ਪੁੱਕੋ। ਅਸੀਂ ਪਹਿਲਾਂ ਹੀ ਬਹੁਤ ਦੁਖੀ ਕੀਤੇ ਹੋਏ ਆ ਸਰਕਾਰਾਂ ਨੇ, ਪਹਿਲਾਂ ਹੀ ਸਾਡੇ ਲਈ ਕਾਨੂੰਨ ਕੁਛ ਹੋਰ ਬਣਾਏ ਨੇ, ਤੁਹਾਡੇ ਲਈ ਕੁਛ ਹੋਰ ਬਣਾਏ ਨੇ। ਆ ਜਿਹੜੇ ਉਂਗਲਾਂ ਚੁੱਕਦੇ ਆ ਕਿ ਇਹਨਾਂ ਦੀਆਂ ਕੀ ਕੁਰਬਾਨੀਆਂ ਨੇ, 90% ਕੁਰਬਾਨੀਆਂ ਨੇ ਭਾਰਤ ਨੂੰ ਯਾਦ ਕਰਾਉਣ ਦੇ ਲਈ। ਪੂਰੇ ਮੁਲਕ ਦੇ ਵਿੱਚ ਲੰਗਰ ਚੱਲਦੇ ਆ, ਅੱਜ ਤੁਰਕੀ ਦੇ ਵਿੱਚ ਤੁਸੀਂ ਕਿਉਂ ਨਹੀਂ ਗਏ? ਉਹ ਫਿਰ ਰਹੇ ਨੇ ਸਾਡੇ ਖਾਲਸੇ ਐਡ ਵਾਲੇ ਸਿੰਘ, ਤੇ ਤੁਸੀਂ ਖੱਚੋ ਇੱਥੇ ਕੱਲੀ ਭਗਾਈ ਮਾਰਨ ਜੋਗੇ ਹੋ, ਪੱਤਰਕਾਰਾਂ ਨੂੰ ਬੁਲਾ ਕੇ ਕੱਲਾ ਬੋਲਣ ਜੋਗੇ ਹੋ? ਇਹ ਮੈਂ ਲਾਸਟ ਵੀਡੀਓ ਤਾਂ ਪਾਈ ਹੈ ਕਿ ਮੈਂ ਦੱਸਦਾ ਕਿ ਇਹ ਲੋਕ ਸਿਰਫ ਤਮਾਸਾ ਕਰਨ ਜੋਗੇ ਨੇ। ਉਹ ਪੱਤਰਕਾਰੋ ਸਮਝ ਜਾਓ, ਚੈਨਲ ਚਲਾਉਣੇ ਨੇ, ਮੋਰਚੇ ਚ ਆ ਜਾਓ, ਚਲਾ ਲਾਂਗੇ, ਤੁਹਾਡੇ ਵਿਊ ਵੀ ਵਧਾ ਦਾਂਗੇ, ਤੁਹਾਡੇ ਫਾਲੋਅਰ ਵੀ ਵਧਾ ਦਾਂਗੇ, ਮੋਰਚੇ ਚ ਆ ਕੇ ਵਧਾ ਲਓ, ਨਾ ਇਹਨਾਂ ਕੋਲੇ ਜਾਇਆ ਕਰੋ, ਉਹ ਨਾ ਖੱਚਾ ਨੂੰ ਲੋਕਾਂ ਸਾਹਮਣੇ ਲਿਆ ਕਰੋ। ਜੇ ਇੱਥੇ ਕੱਲ ਨੂੰ ਕੁਛ ਹੁੰਦਾ ਤੁਸੀਂ ਵੀ ਜ਼ਿੰਮੇਵਾਰ ਹੋ, ਭੜਕਾਉਣ ਵਾਲੇ ਲੋਕ ਹੋ ਤੁਸੀਂ, ਆ ਜਿਹੜੇ ਪੱਤਰਕਾਰ ਚੱਕ ਕੇ ਮੈਂ ਕਿਹਾ ਇਹਨਾਂ ਕੋਲ ਜਾਂਦੇ ਆ। ਇਸ ਕਰਕੇ ਮੈਂ ਪਹਿਲਾਂ ਵੀ ਇਹਨਾਂ ਨੂੰ ਚੈਲੰਜ ਕੀਤਾ, ਇਹਨਾਂ ਨੇ ਕਬੂਲਿਆ ਨਹੀਂ, ਅੱਜ ਵੀ ਕਰ ਰਹੇ ਹਾਂ। ਕੱਲੇ ਨੂੰ ਕੱਲਾ ਟੱਕਰਨਾ ਤਾਂ ਆ ਜਾਓ, ਪ੍ਰਸ਼ਾਸਨ ਨੂੰ ਖੜਾ ਕੇ ਵਿਚਾਲੇ ਲੜਨਾ ਤਾਂ ਆ ਜਾਓ, ਤੇ ਫਿਰ ਪਰਚੇ ਨਾ ਕਰਾਇਓ, ਥਾਣਿਆਂ ਵੱਲ ਨਾ ਭੱਜਿਓ, ਕੱਲੇ ਨੂੰ ਕੱਲਾ ਦੇਖਾਂਗੇ, ਨਾ ਅਸੀਂ ਪਰਚਾ ਕਰਾਈਏ ਤੇ ਨਾ ਤੁਸੀਂ ਕਰਾਇਓ, ਤੇ ਫਿਰ ਤੁਸੀਂ ਮੁੱਤਣ ਲੱਗ ਜਾਓ, ਚਿੱਡਿਆਂ ਚ ਪੂਛ ਦੇ ਕੇ ਭੱਜਦੇ ਹੋ, ਮਾਹੌਲ ਖਰਾਬ ਕਰ ਰਹੇ ਨੇ। ਅੱਜ ਸਰਕਾਰ ਸੁੱਤੀ ਪਈ ਹੈ, ਸਾਡੇ ਹੱਥਾਂ ਚ ਕਿਰਪਾਨਾਂ ਤਾਂ ਦੀ ਗਈਆਂ ਸਰਕਾਰ ਨੂੰ, ਸਾਡੇ ਹੱਥਾਂ ਚ ਡਾਂਗਾਂ ਤਾਂ ਦੀ ਗਈਆਂ ਪਰਸੋਂ, ਸਾਡੇ ਨਿਹੱਥਿਆਂ ਤੇ ਵਿਸਾੜਾਂ ਤਾਂ ਕਰਤੀਆਂ, ਇਹਨਾਂ ਤੇ ਕਦੋਂ ਕਰੋਗੇ? ਜਿਹੜੇ ਅੱਗ ਲਾ ਰਹੇ ਨੇ ਪੰਜਾਬ ਚ, ਜਿਹੜੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਨੇ, ਸਾਡੇ ਦੇ ਉਂਗਲਾਂ ਚੁੱਕ ਰਹੇ ਨੇ, ਸਾਡੇ ਸਿੰਘਾਂ ਦੀਆਂ ਤਸਵੀਰਾਂ ਪਾੜ ਰਹੇ ਨੇ, ਇਹਨਾਂ ਤੇ ਕਦੋਂ ਕਾਰਵਾਈ ਕਰੋਗੇ ਭਗਵੰਤ ਮਾਨ ਜੀ? ਕਦੋਂ ਕਰੋਗੇ? ਜਾਂ ਫਿਰ ਤੁਹਾਡੀ ਗਿਣਤੀ ਵੀ ਬਾਦਲ ਕਿਆ ਤੇ ਕੈਪਟਨ ਚ ਆ ਚੁੱਕੀ ਹੈ, ਤੁਸੀਂ ਉਹਨਾਂ ਤੋਂ ਵੀ ਵੱਡੇ ਗਦਾਰ ਨਿਕਲੋਗੇ, ਗੱਲ ਯਾਦ ਰੱਖਿਓ। ਇੰਨੀਆਂ ਕੁ ਬੇਨਤੀਆਂ ਸੀ, ਨੰਬਰ ਉੱਪਰ ਲਿਖ ਦੂੰਗਾ। ਇਹਨਾਂ ਖੱਚਾਂ ਨੂੰ, ਸਿਵ ਸੈਨਿਕਾਂ ਨੂੰ ਮੈਂ ਕਹਿਣ ਲੱਗਿਆ ਕਿ ਜਦੋਂ ਮਰਜ਼ੀ ਆ ਜਾਓ, ਜਦੋਂ ਮਰਜ਼ੀ ਦੇਖ ਲਓ, ਜਿੱਥੇ ਮਰਜ਼ੀ ਟੱਕਰ ਲਿਓ, ਬਿਲਕੁਲ ਖੁੱਲਾ ਚੈਲੰਜ ਹੈ। ਅੱਜ ਤੋਂ ਬਾਅਦ ਮੇਰੀ ਕੋਈ ਵੀਡੀਓ ਵੀ ਨਹੀਂ ਆਊਗੀ ਤੁਹਾਡੇ ਤੇ,
क्योंकि असि ओ नहीं भी लुकन मिचिया खेडिये सोशल मीडिया से मशहूर हो जाइए। वाहिगुरु ने पहली बहुत कुछ नाम दिता है तुहाडे खच्चा नूं मैं चैलेंज करने लई आया सी कि चैलेंज है तुहानू कि तस्वीरां ना पाड़ो साडे सामने आ जाओ जिथे तुसी कहने उथे आ जाने उथे बुला लैने उथे आ जांगे पर आ फुद्दू वाले काम ना करो आ खच्चा वाले काम आ दलाल वाले काम ना करो दलाल पणे ना करो पंजाब दी नौजवानी नाल खेडो ना पंजाब दी नौजवानी दे खून च तुसी हथ रंगना चाहुंदे हो क्योंकि सरकार भी चाहुंदी है सिख भड़कण ते असी सरकारी तंत्र नाल इन्हां नूं मारीए पहला जिवें 84 च सानू मारिया 91-92 च सानू 72 विछड़ने मारिया ओवीं सरकार चाहुंदी है कि नौजवानां दे खून नाल असी होली खेडिए ਤਾਂ ਤੁਹਾਡੇ ਵਰਗੇ ਦਲਾਲ ਲੋਕਾਂ ਨੂੰ ਅੱਗੇ ਲਾਇਆ ਹੋਇਆ ਤਾਂ ਤੁਸੀਂ ਬੁਕਦੇ ਹੋ ਤਾਂ ਤੁਸੀਂ ਭੌਂਕਦੇ ਹੋ ਆ ਜਵਾਨ ਕਾਲੀ ਦੇ ਵਿੱਚੋਂ ਇਹ ਸ਼ਬਦ ਕੱਢਦੇ ਹੋ ਜਿਹੜੇ ਤੁਸੀਂ ਕੱਢਣੇ ਨਹੀਂ ਚਾਹੀਦੇ ਉੱਪਰ ਤੁਹਾਡੇ ਸਰਕਾਰ ਦਾ ਹੱਥ ਹੈ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਨੂੰ ਭੜਕਾਓ ਤੇ ਸਿੱਖਾਂ ਦੇ ਖੂਨ ਨਾਲ ਅਸੀਂ ਖੇਡੀਏ ਇਹ ਚਾਹੁੰਦੇ ਨਾਗਪੁਰ ਵਾਲੇ ਨਾਗਪੁਰ ਤੋਂ ਚੱਲਦਾ ਕੇਜਰੀਵਾਲ ਕੇਜਰੀਵਾਲ ਤੋਂ ਚੱਲਦਾ ਭਗਵੰਤ ਮਾਨ ਇਹ ਚਾਹੁੰਦੇ ਹੈ ਪਰ ਕੌਮ ਸਮਝ ਚੁੱਕੀ ਹੈ ਤੁਹਾਡੇ ਖੱਚਾਂ ਤੋਂ ਡਰ ਨਾਲੀ ਨਹੀਂ ਤੁਹਾਡੇ ਖੱਚਾਂ ਲਈ ਮੈਂ ਇਹ ਤਾਂ ਬੋਲ ਰਿਹਾ ਕਿ ਲੁਕਣ ਮਿੱਚੀ ਨਾ ਖੇਡੋ ਸੋਸ਼ਲ ਮੀਡੀਆ ਤੇ ਨਾ ਆਓ ਗਰਾਊਂਡ ਤੇ ਆਓ ਗਰਾਊਂਡ ਤੇ ਆ ਕੇ ਦੇਖਾਂਗੇ ਫਿਰ ਕਿਹਦੇ ਡੌਲਿਆਂ ਚ ਜਾਣ ਹੈ ਫਿਰ ਪਤਾ ਲੱਗੂਗਾ ਆ ਕੱਲੇ ਬੋਲਣ ਨਾਲ ਨਹੀਂ ਕੁਛ ਹੋਣਾ ਗਰਾਊਂਡ ਚ ਆਓ ਫਿਰ ਪਤਾ ਲੱਗੂਗਾ ਨੰਬਰ ਪਹਿਲਾਂ ਵੀ ਦਿੱਤਾ ਸੀ ਅੱਜ ਬੋਲ ਦਿੰਦਾ ਮੋਰਚੇ ਦੇ ਵਿੱਚ ਹੁੰਦਾ ਜਦੋਂ ਮਰਜ਼ੀ ਆ ਜਾਇਓ ਜਿੱਥੇ ਕਹੋਗੇ ਉੱਥੇ ਆ ਜਾਵਾਂਗੇ ਰਾਹ ਚ ਆਉਣਾ ਰਾਹ ਚ ਆ ਜਾਵਾਂਗੇ ਲੁਧਿਆਣੇ ਆਉਣਾ ਲੁਧਿਆਣੇ ਆ ਜਾਵਾਂਗੇ 9876-63-0-33-43 ਰਾਜ ਸਿੰਘ ਖਾਲਸਾ ਨਾਮ ਹੈ ਇਹਨਾਂ ਖੱਚਾਂ ਨੂੰ ਦੱਸ ਦਿਓ ਕਿ ਚੈਲੰਜ ਤੁਹਾਡਾ ਜੇ ਕਰੋਗੇ ਅਸੀਂ ਕਬੂਲ ਕਰਾਂਗੇ ਸਾਡਾ ਚੈਲੰਜ ਕਬੂਲ ਕਰੋ ਕੱਲੇ ਨਾਲ ਕੱਲਾ ਦੇਖਾਂਗੇ ਝੱਟ ਫਿਰ ਪਤਾ ਲੱਗ ਜੂਗਾ ਕਿਹੜੀ ਕੌਮ ਤਕੜੀ ਹੈ ਤੁਸੀਂ ਤਾਂ ਯਾਰ ਸਾਡਾ ਹਿੰਦੂਆਂ ਤੇ ਸਿੱਖਾਂ ਦਾ ਰਿਸ਼ਤਾ ਹੀ ਖਰਾਬ ਕਰਨ ਦੇ ਲੱਗੇ ਹੋਏ ਹੋ ਹਿੰਦੂ ਤੇ ਸਿੱਖ ਭਾਈਚਾਰੇ ਤੁਸੀਂ ਦਰਾੜ ਪਾ ਰਹੇ ਹੋ ਕਿਵੇਂ ਤੁਹਾਡੇ ਮੂੰਹਾਂ ਦੇ ਵਿੱਚੋਂ ਗੰਦ ਨਿਕਲਦਾ ਤੁਹਾਡੇ ਖੱਚਾਂ ਪੱਲੇ ਕੁਛ ਨੀ ਕੱਲਾ ਬੋਲਣੀ ਜਾਣਦੇ ਹੋ ਚਿੱਡਿਆਂ ਚ ਪੂਸ ਦੇ ਭੱਜੋਗੇ ਜਦੋਂ ਸਿੰਘ ਆ ਗਏ ਬਿਨਾਂ ਸਿਕਿਉਰਿਟੀ ਤੋਂ ਆ ਕੇ ਦੇਖੋ ਨਾ ਸਿਕਿਉਰਿਟੀਆਂ ਲੈਣ ਦੇ ਲਈ ਤੁਸੀਂ ਤੜਕੀ ਬੋਲਣ ਲੱਗ ਜਾਂਦੇ ਹੋ 8 ਲੱਖ ਬੋਲੀ ਜਾਂਦੇ ਹੋ ਸਿਕਿਉਰਿਟੀਆਂ ਲੈਣ ਦੇ ਲਈ ਉਹ ਖੱਚ ਬੰਦੇ ਹੋ ਪੰਜਾਬ ਦੀ ਸੇਵਾ ਕਰੀਏ ਕਦੇ ਕਿਸੇ ਨੂੰ 4 ਪੈਸੇ ਸੇਵਾ ਚ ਦਿੱਤੇ ਆ ਕਦੇ ਕਿਸੇ ਨੂੰ ਇੱਕ ਫੁਲਕਾ ਲੰਗਰ ਦਾ ਸਿਕਾਇਆ ਤੁਸੀਂ ਕਰੋਗੇ ਸਾਡੀਆਂ ਰੀਸਾਂ ਤੁਸੀਂ ਤਾਂ ਸਾਡੇ ਕੌਮ ਦੇ ਪੈਰਾਂ ਅਰਗੇ ਵੀ ਨਹੀਂ ਤੇ ਗੱਲਾਂ ਸਾਡੇ ਨਾਲ ਭਿੜਨ ਦੀਆਂ ਕਰਦੇ ਹੋ ਤੁਹਾਡੇ ਪੱਲੇ ਕੀ ਹੈ ਜਿਹੜੇ ਅਸਲੀ ਹਿੰਦੂ ਨੇ ਉਹ ਕੌਮ ਨੂੰ ਬਹੁਤ ਪਿਆਰ ਕਰਦੇ ਆ ਤੇ ਜਿਹੜੇ ਅਸਲੀ ਸਿੱਖ ਹੈ ਉਹ ਹਿੰਦੂ ਭਾਈਚਾਰ ਨਾਲ ਰਲ ਮਿਲ ਕੇ ਰਹਿਣਾ ਚਾਹੁੰਦੇ ਆ ਤੁਸੀਂ ਨਕਲੀ ਹੋ ਤੇ ਨਕਲੀ ਹੋ ਕੇ ਸਰਕਾਰਾਂ ਦੇ ਹੱਥ ਤੁਹਾਡੇ ਸਿਰਾਂ ਤੇ ਨੇ ਪਰ ਹੁਣ ਮੈਂ ਦੱਸਦਾ ਕਿ ਇਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਪਾਉਣੀ ਇਸ ਤੋਂ ਬਾਅਦ ਤੁਹਾਨੂੰ ਸਿੱਧੇ ਆ ਕੇ ਟੱਕਰਾਂਗੇ ਤੁਹਾਨੂੰ ਮਿਲਾਂਗੇ ਆ ਕੇ ਫਿਰ ਪੁੱਛਾਂਗੇ ਜੇ ਸਵਾਲ ਜਵਾਬ ਕਰਨੇ ਤਾਂ ਵੀ ਤਿਆਰ ਆ ਜੇ ਝੱਟ ਦੇਖਣੀ ਆ ਕੱਲੇ ਨਾਲ ਕੱਲਾ ਘੁਲ ਕੇ ਦੇਖਣਾ ਤਾਂ ਵੀ ਤਿਆਰ ਆ ਕਿਸੇ ਮਰਜ਼ੀ ਤਰੀਕੇ ਨਾਲ ਦੱਸ ਦਿਓ ਉਸੇ ਤਰ੍ਹਾਂ ਹੀ ਆ ਜਾਵਾਂਗੇ ਇੰਨੀਆਂ ਕਮੈਂਟੀਆਂ ਸੀ ਸ਼ੇਅਰ ਕਰ ਦਿਓ ਇਹਨਾਂ ਤੱਕ ਪਹੁੰਚਾ ਦਿਓ ਵੀਡੀਓ ਨੂੰ।